Good morning and welcome to Morning Desk. आज के हमारे सेगमेंट में हम बात करने वाले हैं आम आवाम के मसाइल के बारे में। तो इसी तरह एक आम शहरी हमारे साथ मौजूद हैं, तो मैं बुलाना चाहूंगा पप्पू पटवारी जी को। पप्पू पटवारी की दुकान पिछले दिनों गिरा दी गई क्योंकि इन्होंने हुकूमत की जमीन पर नाजायज कब्जा करके अपनी दुकान बनाई थी। तो आप क्या कहना चाहेंगे इस पे पप्पू पटवारी जी? जी साडा दुकान डगा दिती जी, इन्नी महंगाई वधन लगी आ, साडा घर दा गुजारा नहीं होंदा, साडा बच्चे की खाणगे हुण। आपने नाजायज कब्जा किया था, ये तो होना था आपके साथ जी। अज दा ते नहीं कीता सी ना, ते 50 साल तो कब्जा कीता सी, अज दुकान क्यों आ गए ने? कब्जा चाहे आपने 50 साल पहले किया हो या अभी किया हो, कब्जा तो कब्जा होता है जी। सानू कोई नोटिस देने, सानू कोई मुतबादल देने, अज जी दा साडी दुकान डगा दित्ती, साडा कारोबार खत्म कर दित्ता जी। अच्छा, एक तो आप नाजायज कब्जा कर रहे हो और उस पे हुकूमत आपको मुतबादल भी दे। ਅਸੀਂ ਜੀ ਸਾਡੇ ਟੈਕਸ ਨਹੀਂ ਦਿੰਦੇ ਆ, ਸਾਡੇ ਅਸੀਂ ਤੇ ਜੀ ਫੋਨ ਤੇ ਟੈਕਸ ਦਿੰਦੇ ਆ, ਅਸੀਂ ਬਿਜਲੀ ਦੇ ਬਿੱਲ ਦਿੰਦੇ ਆ, ਅਸੀਂ ਸਾਡੇ ਦੁਕਾਨ ਗਿਰਾ ਦਿੱਤੀ ਜੀ, ਸਾਡੇ ਕਾਰੋਬਾਰ ਮੁਕਾ ਦਿੱਤੇ। ਬਿਜਲੀ ਦਾ ਬਿੱਲ ਅਭੀ ਆਪਕਾ ਮੀਟਰ ਕੀ ਚੋਰੀ ਪਕੜੀ ਗਈ ਹੈ, ਆਪ ਮੀਟਰ ਪਿੱਛੇ ਕਰਾ ਲੈਤੇ ਹੈ, ਬਿੱਲ ਤੋ ਆਪ ਦੇਤੇ ਨਹੀਂ ਜੀ। ਸਾਨੂੰ ਕਹਿੰਦੇ ਨੇ ਜੀ 3 ਏਸੀਆਂ ਦੇ ਤੁਸੀਂ 40-50 ਹਜ਼ਾਰ ਰੁਪਏ ਬਿੱਲ ਦਿਓ, ਸਾਡੇ ਛੋਟਾ ਕਾਰੋਬਾਰ, ਅਸੀਂ ਕਿਵੇਂ ਇੰਨੇ ਬਿੱਲ ਦਿੱਤੇ ਨੇ? ਤੋ ਆਪ ਏਸੀ ਕਿਉਂ ਚਲਾਤੇ ਹੈਂ, ਏਸੀ ਚਲਾਉਣਾ ਕੰਮ ਕਰ ਦੀ ਜੀ। ਸਾਡੇ ਖਰੀਦ ਸਕਦੇ ਆ ਤੇ ਏਸੀ ਤੇ ਕਿਉਂ ਨਾ ਚਲਾਈਏ ਜੀ, ਸਾਰੇ ਚਲਾਉਂਦੇ ਨੇ, ਅਸੀਂ ਚਲਾ ਦੇ ਤਾਂ ਕੀ ਕਰ ਦਿੱਤੇ ਜੀ, ਸਾਡੇ ਦੁਕਾਨ ਡਗਾ ਦਿੱਤੀ ਹੈ ਜੀ, ਸਾਡਾ ਕਾਰੋਬਾਰ ਖਤਮ ਕਰ ਦਿੱਤਾ ਜੀ। ਤੋ ਜਬ ਆਪ ਏਸੀ ਚਲਾ ਰਹੇ ਹੈ ਤੋ ਬਿੱਲ ਵੀ ਉਸਕਾ ਦੇ, ये तो नहीं है कि आप एसी चलाते हैं बिल आपका गायब होता जाए, गोल हवा होता जाए, ये तो गलती आपकी है। पेट्रोल की कीमत वधाण लगे आ जी, सीएनजी की कीमत वधा दी, साडा बच्चा की खाण गया हुण? अब सीएनजी की कीमत बढ़ी है लेकिन पेट्रोल की 2 रुपए कम भी तो हुई है। तो 2 रुपए से साडा की बढ़ना जी? तो 5 रुपए सीएनजी का बढ़ने से आपका क्या नुकसान हो जाएगा जी? महंगाई बता देती है, सारे खान की चीजें महंगिया हो जाएंगी, सदे जनखिया के किराए बढ़ जाएंगे, अस की करेंगे जी, सा कारोबार मुका दिता जी सारे। तो ये तो आप लोगों की गुंडा कर दिया ना कि अगर 5 रुपए पेट्रोल महंगा हुआ तो आप हर सवारी से 5 रुपए एक्स्ट्रा ले रहे, आप 1-1 रुपया ले उससे ਜੀ। ਅੱਜ ਮਹਿੰਗਾਈ ਵੱਧਦੀ ਆ ਤੇ ਜੀ ਪੈਟਰੋਲ ਮਹਿੰਗਾ ਹੋਣ ਨਾਲ ਜੀ ਸਾਰੀ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ ਨੇ, ਟਰੈਕਟਰ ਜੀ ਪੈਟਰੋਲ ਵੱਧ ਡਲਦਾ ਹੈ, ਬੀਜ ਮਹਿੰਗੇ ਹੋ ਜਾਂਦਾ ਹੈ, ਸਾਰੀ ਆਵਾਮ ਜੀ ਸੜਕਾਂ ਤੇ ਆ ਗਈ ਆ, ਕਾਰੋਬਾਰ ਮੁਕਾ ਦਿੱਤਾ ਜੀ। ਚਲੇ ਆਵਾਮ ਕਾ ਤੋ ਸੜਕੋਂ ਪੇ ਆਨਾ ਬਣਤਾ ਹੈ, ਆਪ ਬਿਜ਼ਨਸਮੈਨ ਬਣਦੇ ਹੈ, ਆਪ ਆਪਣੇ ਪ੍ਰੋਡਕਟ ਸੇ ਆਵਾਮ ਕੋ ਵੈਸੇ ਹੀ ਲੂਟ ਲੇਂਗੇ, ਆਪਕੋ 5 ਰੁਪਏ ਸੇ ਕਿਆ ਫਰਕ ਪੜਤਾ ਹੈ? ਜੀ ਇੰਨੀ ਮਹਿੰਗਾਈ ਇਹਨਾਂ ਨੇ ਵਧਾ ਦਿੱਤੀ ਹੈ ਜੀ, ਇੰਨਾ ਟੈਕਸ ਵਧਣ ਦੇ ਆ, ਪੀਵੀ ਕਹਿੰਦੇ ਜੀ ਕਿਹਨੂੰ ਖਾਣਾ ਕਿਹਨੂੰ ਖਾਣਾ, ਮੈਂ ਕਿਹਾ ਤੂੰ ਮੈਨੂੰ ਖਾ ਲੈ, ਟੈਕਸ ਵਧੀ ਜਾਣ ਲੱਗਾ ਵਧੀ ਜਾਣ ਲੱਗਾ, ਚਾਕਲੇਟਾਂ ਦੇ ਟੈਕਸ ਵਧਣ ਲੱਗੇ, ਚੀਜ਼ਾਂ ਦੇ ਟੈਕਸ ਵਧਣ ਲੱਗਾ, ਬੱਚੇ ਜਾਂਦੇ ਸੀ ਚੀਜ਼ ਲੈਣ, ਮੈਂ ਕਿਹਾ ਹੁਣ ਨਹੀਂ ਜਾਣਾ ਤੁਸੀਂ, ਟੈਕਸ ਵੱਧ ਗਿਆ। ਉਹ ਪੱਪੂ ਜੀ ਉਨ ਚੀਜ਼ਾਂ ਪੇ ਟੈਕਸ ਨਹੀਂ ਲਗਾ, ਉਹ ਜਿਹੜੇ ਵੀ ਚੀਜ਼ਾਂ ਨੇ ਹੁਣ ਕੋਈ ਚੀਜ਼ ਨਹੀਂ ਖਾ ਸਕਦੇ ਜੀ, ਆਵਾਮ ਸੜਕਾਂ ਤੇ ਅੱਜ ਸਾਰਾ ਕਾਰੋਬਾਰ ਬੰਦ ਕਰ ਦਿੱਤਾ ਹੈ। ਤੋ ਪੱਪੂ ਜੀ ਯਹੀ ਅਗਰ ਆਪ ਆਪਣਾ ਟੈਕਸ ਜੋ ਬਿਜ਼ਨਸ ਮੇਂ ਆਪ ਲੋਗੋਂ ਨੇ ਚੋਰੀ ਕੀਆ ਯੇ ਦੇ ਦੇਦੇ, ਹਕੂਮਤ ਕੋ ਇਹ ਕਰਨੇ ਕੀ ਜ਼ਰੂਰਤ ਹੀ ਨਹੀਂ। ਜੀ ਕਦੋਂ ਟੈਕਸ ਨਹੀਂ ਹੈ, ਕਦੋਂ ਟੈਕਸ ਨਹੀਂ ਹੈ, ਕਹਿੰਦੇ ਨੇ ਪੱਪੂ ਜੀ ਪੱਪੂ ਪਟਵਾਰੀ ਨੇ ਕਬਜ਼ਾ ਕਰ ਦਿੱਤੇ ਨੇ ਜੀ, ਕਬਜ਼ਾ ਤੇ ਫਿਰ ਕਦੋਂ ਟੈਕਸ ਨਹੀਂ ਹੈ, ਹੁਣ ਤੁਸੀਂ ਸਾਡੇ ਸਾਹ ਨੂੰ ਟੈਕਸ ਲੈ ਲਿਓ ਜੀ, ਸਾਨੂੰ ਸਾਹ ਨੂੰ ਵੀ ਟੈਕਸ ਕਰ ਦਿਓ। ਮੈਂ ਆਪ ਲੋਗੋਂ ਕੋ ਬਤਾਤਾ ਹੂੰ ਕਿ ਪੱਪੂ ਜੀ ਕੇ ਪਾਸ 6 ਪਲਾਜ਼ੇ ਅਲੱਗ ਅਲੱਗ ਸ਼ਹਿਰੋਂ ਮੇਂ ਇਨਕੀ 10 ਕੋਠੀਆਂ ਹੈ, ਲੈਂਡ ਕਰੂਜ਼ਰ ਹਮੇਸ਼ਾ ਇਨਕੇ ਪਾਸ ਖੜੀ ਹੋਤੀ ਹੈ, ਔਰ 5 ਰੁਪਏ ਮਹਿੰਗਾਈ ਹੋਣੇ ਸੇ ਇਨਕੀ ਜਾਨ ਨਿਕਲ ਗਈ, ਮਤਲਬ 5 ਰੁਪਏ ਮੇਂ ਆਪਕੋ ਕਿਆ ਫਰਕ ਪੜ ਗਿਆ ਜੀ? ਮਹਿੰਗਾਈ ਇੰਨੀ ਵੱਧ ਦਿੱਤੀ ਹੈ ਜੀ, ਇੱਕ ਤੁਸੀਂ 5 ਦੀ ਗੱਲ ਕਰ ਰਹੇ ਹੋ, 80 ਰੁਪਇਆ ਮੇਰਾ ਗੁੰਮਿਆ ਸੀ, ਮੈਂ ਧਮਾਲਾ ਪਾਉਣ ਲੱਗਾ ਜੀ, ਮੇਰਾ ਪਈਆ ਦੇ ਦਿਓ ਜੀ, ਮੇਰਾ ਪਈਆ ਦੇ ਦਿਓ। ਪੱਪੂ ਜੀ ਇਤਨੇ ਪੈਸੇ ਕਾ ਕਿਆ ਕਰੇਂਗੇ? ਸਾਡਾ ਵੱਡਾ ਬਜ਼ੁਰਗ ਕਹਿੰਦਾ ਸੀ ਜੇ ਨਾ ਜੱਟ ਹੋਵੇ ਤਾਂ ਕਿੱਲੇ ਵੱਧ ਹੋਵੇ। ਅਰੇ ਪੱਪੂ ਜੀ ਇਹ ਹੈ ਕਿ ਆਪ ਮੇਰੇ ਕਿਸੇ ਵੀ ਸਵਾਲ ਕਾ ਜਵਾਬ ਜੋ ਹੈ ਨਾ ਸਿੱਧਾ ਸਿੱਧਾ ਨਹੀਂ ਦੇਤੇ, ਆਪ ਹਮੇਸ਼ਾ ਬਾਤ ਕੋ ਗੋਲ ਮੋਲ ਕਰ ਦੇਤੇ। ਲੁੱਕ, ਇਫ ਆਈ ਡੋਂਟ ਨੋ ਦਾ ਆਨਸਰ ਟੂ ਯੋਰ ਕੁਐਸਚਨ, ਆਈਲ ਆਨਸਰ ਯੋਰ ਕੁਐਸਚਨ ਵਿਦ ਅਨਦਰ ਕੁਐਸਚਨ। ਵਾਹ ਪੱਪੂ ਜੀ ਇੰਗਲਿਸ਼,
ਅਸੀਂ ਮਹਿੰਗਾਈਆਂ ਨੇ ਵਧ ਦਿੱਤੀ ਆ ਜੀ, ਸਾਡਾ ਬੱਚਿਆਂ ਦੇ ਗ੍ਰਹਿ ਸੀ ਮੁੱਕ ਗਏ ਆ ਜੀ। आज के एपिसोड यहीं खत्म होती है। इस रोने धोने के साथ आपसे मुलाकात होगी अगले एपिसोड में। साइनिंग ऑफ।